ਇੱਕ ਵਾਰ ਪਾਠ ਗਿਆਨਾ ਚਿੜੀ ਰੁੱਖ ਸਾਹਿਬ ਬਿੱਲੀ ਦੇ ਸਾਹਿਬ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਿਸਾਨ ਅਤੇ ਉਸ ਦੀ ਘਰਵਾਲੀ ਜੀਤੋ ਆਪਣੇ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਸਨ ਉਹਨਾਂ ਦੇ ਵਿਹੜੇ ਵਿੱਚ ਇੱਕ ਰੁੱਖ ਸੀ ਉੱਥੇ ਇੱਕ ਬਿੱਲੀ ਅਤੇ ਇੱਕ ਚਿੜੀ ਵੀ ਰਹਿੰਦੇ ਸਨ ਉਹ ਆਪ ਸਾਰੇ ਰਲ ਮਿਲ ਕੇ ਰਹਿੰਦੇ ਕੇ ਇੱਕ ਟੱਬਰ ਵਾਂਗ ਰਹਿੰਦੇ ਸਨ ਇੱਕ ਦਿਨ ਕਿਸਾਨ ਦੀ ਪਤਨੀ ਜੀਤੋ ਨੇ ਕਿਹਾ ਬਿੱਲੀਏ ਭੱਜ ਜਾ ਮੇਰੇ ਘਰੋਂ ਤੂੰ ਸਾਡਾ ਦੁੱਧ ਪੀ ਜਾਣੀ ਹੈ ਸਾਡੀਆਂ ਮੁਰਗੀਆਂ ਖਾ ਜਾਣੀ ਹੈ ਜੋ ਤੂੰ ਕਿਸੇ ਕੰਮ ਜੋਗੀ ਹੈ ਵੀ ਡੰਡਾ ਫੜ ਕੇ ਉਹ ਬਿੱਲੀ ਨੂੰ ਮਾਰਨ ਹੀ ਲੱਗੀ ਸੀ ਕਿ ਬਿੱਲੀ ਬੋਲੀ ਮਿਆਂ ਮਿਆਂ ਤੂੰ ਮੈਨੂੰ ਨਾ ਮਾਰ ਕਦੇ ਮੈਂ ਤੇਰੀ ਮਦਦ ਕਰਾਂਗੀ ਤੂੰ ਚੂਹੇ ਖਾਣੀਏ ਮਾਰੋ ਬਿੱਲੀ ਮੇਰੀ ਲਈ ਕੀ ਕਰੇਗੀ ਜੀਤੋ ਨੇ ਨੱਕ ਚਾੜੀ ਫਿਰ ਜੀਤੋ ਸਿੜੀ ਕੋਲ ਗਈ ਅਤੇ ਆਖਣ ਲੱਗੀ ਚੱਲ ਮੇਰੇ ਰੁਕਦਾ ਵਿੱਚ ਮੈਂ ਰੁਕਣਾ ਨਹੀਂ ਚੱਲ ਹੁਣ ਇਹਦੀ ਵੀਡੀਓ ਤੂੰ ਬਣਾਉਣੀ ਹੈ ਰੁਕ ਜਾ।